ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਛਾਉਣੀ ਮੁਹੱਲੇ PCR ਨੰਬਰ 21 ਜਿਹਦੇ ਤੇ ASI ਦਮਨਜੀਤ ਸਿੰਘ ਤੇ ASI ਸੁਰਿੰਦਰ ਕੁਮਾਰ ਦੋਨੇ ਡਿਊਟੀ ਕਰਦੇ ਨੇ PCR ਨੰਬਰ 21। ਇਹ ਛਾਉਣੀ ਮੁਹੱਲੇ ਰਾਊਂਡ ਤੇ ਸੀ ਤਾਂ ਇਹਨਾਂ ਨੂੰ ਰਾਊਂਡ ਦੇ ਦੌਰਾਨ ਜਦੋਂ ਛਾਉਣੀ ਮੁਹੱਲੇ ਇਹ ਮੋਟਰਸਾਈਕਲ 'ਤੇ ਜਾ ਰਹੇ ਸੀ ਤਾਂ ਕੁਝ ਵਿਅਕਤੀ ਜਿਹੜੇ ਘਰਾਂ ਦੇ ਬਾਹਰ ਖੜ੍ਹੇ ਸੀ ਇਹਨਾਂ ਨੇ ਆਪਣਾ ਮੋਟਰਸਾਈਕਲ ਰੋਕਿਆ। ਮੋਟਰਸਾਈਕਲ ਰੋਕ ਕੇ ਉਹਨਾਂ ਨੂੰ ਸਾਰਿਆਂ ਨੂੰ ਰਿਕੁਐਸਟ ਕੀਤੀ ਕਿ ਆਪੋ ਆਪਣੇ ਘਰਾਂ 'ਚ ਚਲੇ ਜਾਓ, ਕਰੋਨਾ ਬਿਮਾਰੀ ਕਰਕੇ ਕਰਫਿਊ ਲੱਗਿਆ ਹੋਇਆ। ਤਾਂ ਉੱਥੇ ਇੱਕ ਲੜਕਾ ਸੀ ਕੁਛ ਗਿੱਲ ਦੀ ਮੈਂ ਤੁਹਾਨੂੰ ਹਿਸਟਰੀ ਥੋੜ੍ਹੀ ਜਿਹੀ ਬੈਕਗਰਾਊਂਡ ਦੱਸ ਦਿਆਂ ਕਿ ਸਨੈਚਰ ਹੈ, ਹੈਬੋਵਾਲ ਥਾਣੇ ਦੇ ਵਿੱਚ ਇਹਦੇ ਖਿਲਾਫ਼ ਪਹਿਲਾਂ ਵੀ ਮੁਕੱਦਮਾ ਦਰਜ ਹੋਇਆ ਹੋਇਆ ਔਰ ਇਹ ਉੱਥੇ ਖੜ੍ਹਾ ਸੀ। ਇਹ ਫਟਾਫਟ ਉੱਪਰ ਗਿਆ, ਆਪਣੇ ਘਰ ਦੇ ਉੱਪਰ ਚੜ੍ਹਿਆ ਤਾਂ ਉੱਪਰੋਂ ਜਾ ਕੇ ਇਹਨੇ ਕਿ ਇੱਟ ਚੁੱਕ ਕੇ PCR ਵਾਲਿਆਂ ਦੇ ਮਾਰੀ ਉੱਪਰੋਂ, ਜਿਹੜੀ ਸੁਰਿੰਦਰ ਕੁਮਾਰ ASI ਜਿਹੜਾ PCR ਵਾਲਾ ਮੋਟਰਸਾਈਕਲ ਚਲਾ ਰਿਹਾ ਸੀ ਉਹਦੇ ਸਿਰ ਵਿੱਚ ਵੱਜੀ, ਜਿਹਦੇ ਕਰਕੇ ਉਹਦਾ ਸਿਰ ਤਿੰਨ ਥਾਵਾਂ ਤੋਂ ਕੱਟ ਗਿਆ। ਦੱਸਣਾ ਚਾਹੁੰਦਾ ਹਾਂ ਕਿ ਅੱਜ ਛਾਉਣੀ ਮੁਹੱਲੇ PCR ਨੰਬਰ 21 ਜਿਹਦੇ ਤੇ ASI ਦਮਨਜੀਤ ਸਿੰਘ ਤੇ ASI ਸੁਰਿੰਦਰ ਕੁਮਾਰ ਦੋਨੇ ਡਿਊਟੀ ਕਰਦੇ ਨੇ PCR ਨੰਬਰ 21। ਇਹ ਛਾਉਣੀ ਮੁਹੱਲੇ ਰਾਊਂਡ ਤੇ ਸੀ ਤਾਂ ਇਹਨਾਂ ਨੂੰ ਰਾਊਂਡ ਦੇ ਦੌਰਾਨ ਜਦੋਂ ਛਾਉਣੀ ਮੁਹੱਲੇ ਇਹ ਮੋਟਰਸਾਈਕਲ 'ਤੇ ਜਾ ਰਹੇ ਸੀ ਤਾਂ ਕੁਝ ਵਿਅਕਤੀ ਜਿਹੜੇ ਘਰਾਂ ਦੇ ਬਾਹਰ ਖੜ੍ਹੇ ਸੀ ਇਹਨਾਂ ਨੇ ਆਪਣਾ ਮੋਟਰਸਾਈਕਲ ਰੋਕਿਆ। ਮੋਟਰਸਾਈਕਲ ਰੋਕ ਕੇ ਉਹਨਾਂ ਨੂੰ ਸਾਰਿਆਂ ਨੂੰ ਰਿਕੁਐਸਟ ਕੀਤੀ ਕਿ ਆਪੋ ਆਪਣੇ ਘਰਾਂ 'ਚ ਚਲੇ ਜਾਓ, ਕਰੋਨਾ ਬਿਮਾਰੀ ਕਰਕੇ ਕਰਫਿਊ ਲੱਗਿਆ ਹੋਇਆ। ਤਾਂ ਉੱਥੇ ਇੱਕ ਲੜਕਾ ਸੀ ਕੁਛ ਗਿੱਲ ਦੀ ਮੈਂ ਤੁਹਾਨੂੰ ਹਿਸਟਰੀ ਥੋੜ੍ਹੀ ਜਿਹੀ ਬੈਕਗਰਾਊਂਡ ਦੱਸ ਦਿਆਂ ਕਿ ਸਨੈਚਰ ਹੈ, ਹੈਬੋਵਾਲ ਥਾਣੇ ਦੇ ਵਿੱਚ ਇਹਦੇ ਖਿਲਾਫ਼ ਪਹਿਲਾਂ ਵੀ ਮੁਕੱਦਮਾ ਦਰਜ ਹੋਇਆ ਹੋਇਆ ਔਰ ਇਹ ਉੱਥੇ ਖੜ੍ਹਾ ਸੀ। ਇਹ ਫਟਾਫਟ ਉੱਪਰ ਗਿਆ, ਆਪਣੇ ਘਰ ਦੇ ਉੱਪਰ ਚੜ੍ਹਿਆ ਤਾਂ ਉੱਪਰੋਂ ਜਾ ਕੇ ਇਹਨੇ ਕਿ ਇੱਟ ਚੁੱਕ ਕੇ PCR ਵਾਲਿਆਂ ਦੇ ਮਾਰੀ ਉੱਪਰੋਂ, ਜਿਹੜੀ ਸੁਰਿੰਦਰ ਕੁਮਾਰ ASI ਜਿਹੜਾ PCR ਵਾਲਾ ਮੋਟਰਸਾਈਕਲ ਚਲਾ ਰਿਹਾ ਸੀ ਉਹਦੇ ਸਿਰ ਵਿੱਚ ਵੱਜੀ, ਜਿਹਦੇ ਕਰਕੇ ਉਹਦਾ ਸਿਰ ਤਿੰਨ ਥਾਵਾਂ ਤੋਂ ਫਟ ਗਿਆ। ਉਹਦੇ 7 ਸਟਿਚਸ ਲੱਗੇ ਨੇ, ਜਿਹਨੂੰ ਮੁੱਢਲੀ ਟ੍ਰੀਟਮੈਂਟ ਕਰਵਾ ਕੇ ਸਟਿਚਸ ਵਗੈਰਾ ਲਵਾ ਦਿੱਤੇ ਨੇ, ਸਵੇਰੇ ਉਹਦਾ ਐਕਸਰੇ ਹੋਊਗਾ, ਉਹਦੀ ਟ੍ਰੀਟਮੈਂਟ ਚੱਲ ਰਹੀ ਹੈ। ਤਾਂ ਸੁਰਿੰਦਰ ਕੁਮਾਰ ਦੇ ਬਿਆਨ 'ਤੇ ਅਸੀਂ ਕੁਛ ਗਿੱਲ ਸਨ ਆਫ ਦੀਪਾ ਗਿੱਲ ਵਾਸੀ ਛਾਉਣੀ ਮੁਹੱਲਾ ਇਹਦੇ ਖਿਲਾਫ਼ FIR ਨੰਬਰ 47 ਅੰਡਰ ਸੈਕਸ਼ਨ 307, 353, 186, 188 IPC ਥਾਣਾ ਡਿਵੀਜ਼ਨ ਨੰਬਰ 4 ਵਿਖੇ ਦਰਜ ਕਰ ਲਈ ਹੈ। ਦਰਜ ਕਰਕੇ ਕੁਛ ਗਿੱਲ ਨੂੰ ਅਸੀਂ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੇ ਦੌਰਾਨ ਕੁਛ ਗਿੱਲ ਨੇ ਆਪਣਾ ਜਿਹੜਾ ਜੁਰਮ ਹੈ ਉਹ ਇਕਬਾਲ ਕਰ ਲਿਆ ਔਰ ਪੁੱਛਗਿੱਛ ਕਰਨ 'ਤੇ ਉਹਨੇ ਵਜ੍ਹਾ ਰੰਜਿਸ਼ ਇਹ ਦੱਸੀ ਹੈ ਕਿ ਕੁਛ ਦਿਨ ਪਹਿਲਾਂ ਵੀ ਇਹਨਾਂ ਨੇ ਉਹਨੂੰ ਗਲੀ ਵਿੱਚੋਂ ਆਪਣੇ ਘਰ ਜਾਣ ਲਈ ਕਿਹਾ ਸੀ ਤਾਂ ਉਹਨੂੰ ਇਸ ਗੱਲ ਦੀ ਰੰਜਿਸ਼ ਸੀ ਔਰ ਪਿਛਲੇ 5-7 ਦਿਨ ਤੋਂ ਇਸ ਮੌਕੇ ਦੀ ਤਾੜ 'ਚ ਸੀ ਕਿ ਜੇ PCR ਵਾਲਾ ਇਸ ਗਲੀ 'ਚੋਂ ਲੰਘੇ ਤਾਂ ਉਹ ਉਹਨਾਂ ਨੂੰ ਜਾਣ ਤੋਂ ਮਾਰੂਗਾ। ਅੱਜ ਜਦੋਂ PCR ਉੱਥੇ ਜਾ ਕੇ ਖੜ੍ਹਾ ਤਾਂ ਉਹਨੂੰ ਇਸ ਗੱਲ ਦਾ ਮੌਕਾ ਮਿਲਿਆ, ਉਹ ਥੱਲਿਓਂ ਭੱਜ ਕੇ ਉੱਪਰ ਦੂਜੀ ਮੰਜ਼ਿਲ 'ਤੇ ਗਿਆ ਜਿੱਥੋਂ ਉਹਨੇ ਉੱਪਰੋਂ ਇੱਟ ਚੁੱਕ ਕੇ ਮਾਰੀ ਜਿਹੜੀ ਸੁਰਿੰਦਰ ਕੁਮਾਰ ਦੇ ਸਿਰ 'ਚ ਵੱਜੀ। ਇਹ ਇੱਟ ਉਹਨੇ ਮਾਰ ਦੇਣ ਦੀ ਨੀਅਤ ਨਾਲ ਮਾਰੀ ਸੀ, ਉਹਦਾ ਸਿਰ ਤਿੰਨ ਥਾਵਾਂ ਤੋਂ ਫਟਿਆ ਜਿਹਦੇ 7 ਸਟਿਚਸ ਲੱਗੇ ਨੇ। ਤਾਂ ਮੁਕੱਦਮਾ ਦਰਜ ਕਰਕੇ ਇਹਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਹਨੂੰ ਕੱਲ੍ਹ ਪੇਸ਼ ਅਦਾਲਤ ਕਰਕੇ ਇਸ ਮੁਕੱਦਮੇ ਦੀ
ਡੂੰਘਾਈ ਨਾਲ ਤਫਤੀਸ਼ ਕੀਤੀ ਜਾਊਗੀ। ਥੈਂਕ ਯੂ। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਪੰਡਿਤ ਰਾਕੇਸ਼ ਜੀ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। 2 ਘੰਟੇ ਵਿੱਚ ਘਰ ਬੈਠੇ ਹਰ ਪਰੇਸ਼ਾਨੀ ਦਾ ਹੱਲ ਪਾਓ, ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼, ਹਰ ਤਰ੍ਹਾਂ ਦੇ ਲਾਟਰੀ ਨੰਬਰ ਦੇ ਮਾਹਿਰ, ਧੋਖਾ ਖਾਦੇ ਲੋਕ, ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ। ਪੰਡਿਤ ਰਾਕੇਸ਼ ਜੀ ਸੰਪਰਕ ਕਰੋ 83607 99607 83607 89607।